ਅੱਜ ਧਰਤੀ ਦੇ ਉੱਪਰ ਜਿੰਨੀਆਂ ਵੀ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਮੌਜੂਦ ਨੇ ਉਹ 1% ਨੇ। 99% ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਤਾਂ ਧਰਤੀ ਦੇ ਅੰਦਰ ਦਫ਼ਨ ਨੇ, ਜਾਣੀ ਕਿ ਪਿਛਲੇ 3.5 ਅਰਬ ਸਾਲਾਂ ਦੇ ਵਿੱਚ ਧਰਤੀ ਦੇ ਉੱਪਰ ਖਰਬਾਂ ਪ੍ਰਜਾਤੀਆਂ ਪੈਦਾ ਹੋਈਆਂ, ਪਰ ਉਹਨਾਂ ਦੇ ਵਿੱਚੋਂ 99% ਜੀਵਾਂ ਨੇ ਪਰਲੋ ਦਾ ਸਾਹਮਣਾ ਕੀਤਾ ਤੇ ਅੱਜ ਉਹਨਾਂ ਜੀਵ ਜੰਤੂਆਂ ਦੀ ਸ਼ਮਸ਼ਾਨ ਭੂਮੀ ਦੇ ਉੱਪਰ ਅਸੀਂ ਆਪਣੀ ਜ਼ਿੰਦਗੀ ਜਿਉ ਰਹੇ ਹਾਂ। ਸਾਡੇ ਪੈਰਾਂ ਦੇ ਥੱਲੇ ਅਜਿਹੀਆਂ ਵੱਡੀਆਂ ਵੱਡੀਆਂ ਨਸਲਾਂ ਦਫ਼ਨ ਨੇ ਜਿਹੜੀਆਂ ਕਦੇ ਇਸ ਧਰਤੀ ਦੇ ਉੱਪਰ ਰਾਜ ਕਰਦੀਆਂ ਸਨ। ਇਹਨਾਂ ਵਿੱਚੋਂ ਇਤਿਹਾਸ ਦੀ ਅੱਜ ਤੱਕ ਦੀ ਸਭ ਤੋਂ ਜਿਹੜੀ ਸਫਲ ਪ੍ਰਜਾਤੀ ਸੀ ਉਹ ਸੀ ਡਾਇਨਾਸੌਰ। ਇਹ ਨਸਲ ਨੇ ਤਕਰੀਬਨ 10 ਕਰੋੜ ਸਾਲਾਂ ਤੱਕ ਇਸ ਧਰਤੀ ਦੇ ਉੱਪਰ ਰਾਜ ਕੀਤਾ ਸੀ। ਪਰ ਕੀ ਹੋਵੇਗਾ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਇਹ ਇੱਕ ਬਹੁਤ ਵੱਡੀ ਨਸਲ ਨੂੰ ਇੱਕ ਬਹੁਤ ਹੀ ਛੋਟੇ ਜੀਵ ਨੇ ਖਤਮ ਕਰ ਦਿੱਤਾ ਸੀ। ਇਹ ਛੋਟੇ ਜੀਵ ਧਰਤੀ ਤੇ ਬਹੁਤ ਲੰਬੇ ਸਮੇਂ ਤੋਂ ਮੌਜੂਦ ਨੇ, ਇਹ ਜੀਵ ਹਨ ਜੀ ਮੱਛਰ। ਡਾਇਨਾਸੌਰ ਵਰਗੀ ਇਸ ਪ੍ਰਜਾਤੀ ਨੂੰ ਖਤਮ ਕਰਨ ਦੇ ਵਿੱਚ ਮੱਛਰਾਂ ਦਾ ਬਹੁਤ ਵੱਡਾ ਹੱਥ ਹੈ। ਜੇਕਰ ਤੁਹਾਨੂੰ ਇਸ ਚੀਜ਼ ਦੇ ਉੱਪਰ ਯਕੀਨ ਨਹੀਂ ਹੋ ਰਿਹਾ ਤਾਂ ਇਸ ਵੀਡੀਓ ਦੇ ਨਾਲ ਜੁੜੇ ਰਹੋ, ਮੈਂ ਤੁਹਾਨੂੰ ਇਸ ਦੇ ਬਾਰੇ ਅੱਗੇ ਜਾਣਕਾਰੀ ਦੇਵਾਂਗਾ। ਅੱਜ ਤੋਂ ਤਕਰੀਬਨ 65 ਮਿਲੀਅਨ ਸਾਲ ਪਹਿਲਾਂ ਸਾਡੀ ਧਰਤੀ ਅੱਜ ਵਰਗੀ ਦਿਖਾਈ ਨਹੀਂ ਦਿੰਦੀ ਸੀ। ਅਸਮਾਨ ਜਿੰਨਾ ਉੱਚਾ ਹਿਮਾਲਿਆ ਵੀ ਉਦੋਂ ਧਰਤੀ ਦੇ ਉੱਪਰ ਨਹੀਂ ਬਣਿਆ ਸੀ, ਬਲਕਿ ਇਸ ਧਰਤੀ ਦੇ ਉੱਪਰ 10 ਕਰੋੜ ਸਾਲਾਂ ਤੋਂ ਰਾਜ ਕਰ ਰਹੇ ਸੀ ਪਹਾੜਾਂ ਜਿੰਨੇ ਵੱਡੇ ਡਾਇਨਾਸੌਰ। ਇਹਨਾਂ ਦੇ ਵਿੱਚੋਂ ਕੁਝ ਡਾਇਨਾਸੌਰ ਹਿੰਸਕ ਸਨ ਅਤੇ ਮਾਸਾਹਾਰੀ ਸੀ, ਪਰ ਇਹਨਾਂ ਦੇ ਵਿੱਚੋਂ ਕੁਝ ਡਾਇਨਾਸੌਰ ਅਜਿਹੇ ਵੀ ਸਨ ਜਿਹੜੇ ਕਿ ਸ਼ਾਂਤ ਸੁਭਾਅ ਦੇ ਅਤੇ ਸ਼ਾਕਾਹਾਰੀ ਸਨ। ਉਸ ਸਮੇਂ ਧਰਤੀ ਦੇ ਉੱਪਰ ਆਕਸੀਜਨ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਧਰਤੀ ਦੇ ਉੱਪਰ ਇੰਨੇ ਵੱਡੇ ਵੱਡੇ ਜਾਨਵਰ ਹੋਇਆ ਕਰਦੇ ਸੀ, ਪਰ ਇਹਨਾਂ ਸਭ ਦੇ ਵਿੱਚ ਕੋਈ ਜੀਵ ਅਜਿਹਾ ਨਹੀਂ ਸੀ ਜਿਹੜਾ ਡਾਇਨਾਸੌਰ ਨੂੰ ਕੰਪੀਟੀਸ਼ਨ ਦਿੰਦਾ ਹੋਵੇ। ਪਰ ਇਹਨਾਂ ਡਾਇਨਾਸੌਰ ਨੂੰ ਇਹ ਨਹੀਂ ਪਤਾ ਸੀ ਕਿ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਉਹਨਾਂ ਦੀ ਪੂਰੀ ਨਸਲ ਖਤਮ ਹੋ ਜਾਵੇਗੀ, ਕਿਉਂਕਿ ਅੱਜ ਤੋਂ 10 ਕਰੋੜ ਸਾਲ ਪਹਿਲਾਂ ਧਰਤੀ ਤੋਂ ਬਹੁਤ ਦੂਰ ਮੰਗਲ ਅਤੇ ਬ੍ਰਹਿਸਪਤੀ ਦੇ ਵਿੱਚ ਮੌਜੂਦ ਐਸਟ੍ਰੋਇਡ ਬੈਲਟ ਦੇ ਵਿੱਚ ਇੱਕ ਐਸਟ੍ਰੋਇਡ ਦੂਜੇ ਐਸਟ੍ਰੋਇਡ ਦੇ ਨਾਲ ਟਕਰਾਉਂਦਾ ਹੈ। ਇਸ ਟਕਰਾਅ ਦੌਰਾਨ ਇਹਨਾਂ ਦੇ 2 ਟੁਕੜੇ ਹੋ ਜਾਂਦੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਟੁਕੜਾ ਮਾਊਂਟ ਐਵਰੈਸਟ ਜਿੰਨਾ ਵੱਡਾ ਹੁੰਦਾ ਹੈ, ਪਰ ਇਹ ਟੁਕੜੇ ਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉਹ ਸਿੱਧੀ ਧਰਤੀ ਵੱਲ ਹੁੰਦੀ ਹੈ। ਦੂਰ ਬ੍ਰਹਿਮੰਡ ਦੇ ਵਿੱਚ ਚੱਲਦੇ ਚੱਲਦੇ ਇਸ ਟੁਕੜੇ ਨੂੰ 10 ਕਰੋੜ ਸਾਲ ਬੀਤ ਜਾਂਦੇ ਨੇ ਤੇ ਹੁਣ ਇਹ ਗ੍ਰਹਿ ਧਰਤੀ ਦੇ ਵੱਲ 20,000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਵੱਧ ਰਿਹਾ ਹੁੰਦਾ ਹੈ। ਇਹ ਧਰਤੀ ਦੇ ਕੋਲ ਪਹੁੰਚਣ ਦੇ ਲਈ ਬਿਲਕੁਲ ਚੰਦ ਦੇ ਕੋਲ ਦੀ ਨਿਕਲਦਾ ਹੈ। ਹੁਣ ਇਹ ਐਸਟ੍ਰੋਇਡ ਨੂੰ ਰੋਕਣਾ ਕਿਸੇ ਵੀ ਹਾਲਤ ਦੇ ਵਿੱਚ ਨਾਮੁਮਕਿਨ ਹੋ ਗਿਆ ਸੀ, ਪਰ ਧਰਤੀ ਦੇ ਖਤਰੇ ਤੋਂ ਬੇਖਬਰ ਇਹ ਡਾਇਨਾਸੌਰ ਕਿਤੇ ਧਰਤੀ ਦੇ ਉੱਪਰ ਕਿਸੇ ਨੂੰ ਜਨਮ ਦੇ ਰਹੇ ਸੀ ਤੇ ਕੁਝ ਸ਼ਿਕਾਰੀਆਂ ਤੋਂ ਬਚ ਰਹੇ ਸੀ, ਪਰ ਅਸਲੀ ਸ਼ਿਕਾਰੀ ਤਾਂ ਇਹਨਾਂ ਸਾਰਿਆਂ ਨੂੰ ਨਵਾਲਾ ਬਣਾਉਣ ਦੇ ਲਈ ਅਸਮਾਨ ਤੋਂ ਇਹਨਾਂ ਵੱਲ ਆ ਰਿਹਾ ਸੀ। 40 ਕਿਲੋਮੀਟਰ ਦੇ ਵਿਆਸ ਵਾਲਾ 20 ਖਰਬ ਟਨ ਦਾ ਇਹ ਐਸਟ੍ਰੋਇਡ ਧਰਤੀ ਦੇ ਹੋਰ ਨੇੜੇ ਨੂੰ ਵੱਧ ਰਿਹਾ ਸੀ ਤੇ ਜਦੋਂ ਇਹ ਧਰਤੀ ਦੇ ਵਾਤਾਵਰਣ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਉਦੋਂ ਇਸ ਦੀ ਰਫ਼ਤਾਰ 70,000 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ। ਧਰਤੀ ਦੇ ਵਾਯੂਮੰਡਲ ਦੇ ਵਿੱਚ ਐਂਟਰ ਹੁੰਦਿਆਂ ਸਾਰੀ ਆਕਰਸ਼ਣ ਦੇ ਨਾਲ ਇਹ ਇੱਕ ਵੱਡੇ ਅੱਗ ਦੇ ਗੋਲੇ ਦੇ ਵਿੱਚ ਬਦਲ ਜਾਂਦਾ ਹੈ। ਹੁਣ ਇਹ ਸ਼ਿਕਾਰੀ ਨੇ ਹੋਰ ਜ਼ਿਆਦਾ ਭਿਆਨਕ ਰੂਪ ਲੈ ਲਿਆ ਸੀ ਤੇ ਸਿਰਫ ਇਸ ਨੇ 4 ਮਿੰਟ ਦੇ ਵਿੱਚ ਅਟਲਾਂਟਿਕ ਓਸ਼ਨ ਨੂੰ ਪਾਰ ਕਰ ਲਿਆ। 35,000 ਡਿਗਰੀ ਦੀ ਹੀਟ ਦੇ ਨਾਲ ਹੁਣ ਇਹ ਲੱਖਾਂ ਸੂਰਜਾਂ ਦੇ ਵਾਂਗੂ ਚਮਕ ਰਿਹਾ ਸੀ। ਧਰਤੀ ਤੋਂ 5,000 ਮੀਲ ਦੀ ਦੂਰੀ ਤੇ ਇਸ ਦੀ ਚਮਕ ਇੰਨੀ ਜ਼ਿਆਦਾ ਤੇਜ਼ ਸੀ ਕਿ ਅਲਨਾਸੌਰਸ ਡਾਇਨਾਸੌਰ ਦੇ ਇਸ ਦੇ ਵਿੱਚ ਕੰਕਾਲ ਦਿਖ ਰਹੇ ਹਨ। ਧਰਤੀ ਦੇ ਨੇੜੇ ਆਉਂਦਿਆਂ ਹੀ ਹਜ਼ਾਰਾਂ ਜੀਵ ਇਸ ਅੱਗ ਦੇ ਨਾਲ ਦੇਖਦੇ ਹੋਏ ਗੋਲੇ ਨੂੰ ਦੇਖ ਕੇ ਅੰਨੇ ਹੋ ਗਏ, ਪਰ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਚਮਕਦੀ ਚੀਜ਼ ਉਹਨਾਂ ਦੀ ਮੌਤ ਹੈ ਤੇ ਪਲਕ ਚਮਕਦਿਆਂ ਹੀ ਇਹ ਐਸਟ੍ਰੋਇਡ ਮੈਕਸੀਕੋ ਦੀ ਖਾੜੀ ਦੇ ਨੇੜੇ ਪਾਣੀ ਦੇ ਵਿੱਚ ਜਾ ਕੇ ਟਕਰਾ ਜਾਂਦਾ ਹੈ ਤੇ ਉੱਥੇ ਲਗਭਗ 35,000 ਡਿਗਰੀ ਸੈਲਸੀਅਸ ਦੀ ਊਰਜਾ ਵਾਲਾ ਇੱਕ ਭਿਆਨਕ ਵਿਸਫੋਟ ਹੁੰਦਾ ਹੈ। ਇਹ ਵਿਸਫੋਟ 10 ਹਾਈਡਰੋਜਨ ਬੰਬ ਦੇ ਬਰਾਬਰ ਸੀ। ਉਸ ਵਿਸਫੋਟ ਦੇ ਕੋਲੇ ਜਿਹੜੇ ਕੁਝ ਡਾਇਨਾਸੌਰ ਸਨ ਉਹ ਮੌਕੇ ਤੇ ਹੀ ਖਤਮ ਹੋ ਜਾਂਦੇ ਨੇ ਤੇ ਇਹ ਐਸਟ੍ਰੋਇਡ ਦੇ ਧਰਤੀ ਦੇ ਟਕਰਾਉਣ ਦੇ ਨਾਲ ਹੀ ਲੱਖਾਂ ਟਨ ਮਲਬਾ ਧਰਤੀ ਤੋਂ ਉੱਛਲ ਕੇ ਬ੍ਰਹਿਮੰਡ ਵੱਲ ਚਲਿਆ ਜਾਂਦਾ ਹੈ। ਇਸ ਐਸਟ੍ਰੋਇਡ ਦੇ ਟਕਰਾਉਣ ਵਾਲੀ ਜਗ੍ਹਾ ਤੇ 180 ਕਿਲੋਮੀਟਰ ਲੰਬਾ ਤੇ 20 ਕਿਲੋਮੀਟਰ ਡੂੰਘਾ ਟੋਆ ਬਣ ਜਾਂਦਾ ਹੈ ਤੇ ਧਰਤੀ ਦੇ ਕਈ ਹਿੱਸੇ ਟੁੱਟ ਕੇ ਆਵਾਜ਼ ਤੋਂ ਵੀ ਤੇਜ਼ ਗਤੀ ਦੇ ਨਾਲ ਉੱਪਰ ਵੱਲ ਨੂੰ ਉੱਠਦੇ ਨੇ। ਵਿਸਫੋਟ ਵਾਲੀ ਜਗ੍ਹਾ ਤੋਂ 5,000 ਮੀਲ ਦੀ ਦੂਰੀ ਤੱਕ ਵੀ ਤਾਪਮਾਨ 600 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਿਹੜਾ ਕਿ ਡਾਇਨਾਸੌਰ ਦੀ ਚਮੜੀ ਦੇ ਵਿੱਚ ਮੌਜੂਦ ਪਾਣੀ ਨੂੰ ਭਾਫ਼ ਦੇ ਵਿੱਚ ਬਦਲ ਕੇ ਉਹਨਾਂ ਨੂੰ ਮਾਰ ਦਿੰਦਾ ਹੈ। ਵਿਸਫੋਟ ਦੇ ਨਾਲ ਉੱਠੀ ਹੋਈ ਧੂੜ ਅਸਮਾਨ ਦੇ ਵਿੱਚ ਵੱਡੇ ਵੱਡੇ ਧੂੜ ਦੇ ਬੱਦਲਾਂ ਦੇ ਰੂਪ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਧਰਤੀ ਦੇ ਅੰਦਰ ਭੂਚਾਲ ਦੀਆਂ ਵੱਡੀਆਂ ਵੱਡੀਆਂ ਤਰੰਗਾਂ ਉੱਠਦੀਆਂ ਨੇ, ਜਿਸ ਦੇ ਕਾਰਨ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਬਣਦੀਆਂ ਨੇ। ਭੂਚਾਲ ਦੀਆਂ ਤਰੰਗਾਂ ਦੇ ਨਾਲ ਜਿੰਨੇ ਵੀ ਜਵਾਲਾਮੁਖੀ ਹੁੰਦੇ ਨੇ ਉਹ ਫਟ ਜਾਂਦੇ ਨੇ ਤੇ ਅਸਮਾਨ ਦੇ ਵਿੱਚ ਉੱਡ ਰਹੇ ਪੱਥਰਾਂ ਦੇ ਟੁਕੜੇ
ਜ਼ਮੀਨ ਦੇ ਉੱਪਰ ਮੀਂਹ ਵਾਂਗੂ ਡਿੱਗਣ ਲੱਗਦੇ ਨੇ। ਇਸ ਤੋਂ ਬਾਅਦ ਧੂੜ ਦਾ ਇੱਕ ਵੱਡਾ ਤੂਫਾਨ 6000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲਦਾ ਹੈ। ਧਰਤੀ ਤੋਂ ਉੱਪਰ ਉੱਠੀ ਧੂੜ ਦੀ ਵਜ੍ਹਾ ਦੇ ਕਾਰਨ ਸੂਰਜ ਦੀ ਰੋਸ਼ਨੀ ਧਰਤੀ ਤੱਕ ਨਹੀਂ ਪਹੁੰਚ ਪਾਉਂਦੀ। ਗਰਮ ਹਵਾਵਾਂ ਤੇ ਧੂੜ ਦੇ ਕਾਰਨ ਪੇੜ ਪੌਦੇ ਨੇ ਜਿੰਨੀਆਂ ਵੀ ਧਰਤੀ ਦੇ ਉੱਪਰ ਨਸਲਾਂ ਹੁੰਦੀਆਂ ਨੇ ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ। ਵਿਸਫੋਟ ਦੇ 90 ਮਿੰਟ ਬਾਅਦ ਧਰਤੀ ਦਾ ਤਾਪਮਾਨ 200 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਕੁਝ ਪਹਾੜਾਂ ਨੇ ਡਾਇਨਾਸੌਰ ਨੂੰ ਤੇਜ਼ ਹਵਾਵਾਂ ਤੋਂ ਬਚਾ ਲਿਆ, ਪਰ ਜ਼ਮੀਨ ਨੂੰ ਤੋੜਦੀਆਂ ਆ ਰਹੀਆਂ ਤਰੰਗਾਂ ਨੇ ਉਹਨਾਂ ਡਾਇਨਾਸੌਰ ਨੂੰ ਵੀ ਮਾਰ ਦਿੱਤਾ। ਇਹ ਵਿਸਫੋਟ ਇੰਨਾ ਜ਼ਿਆਦਾ ਖਤਰਨਾਕ ਸੀ ਕਿ ਵੱਡੇ ਵੱਡੇ ਪਹਾੜ ਵੀ ਹਵਾ ਦੇ ਵਿੱਚ ਉੱਡ ਰਹੇ ਸਨ। ਇਹਨਾਂ ਦੇ ਵਿੱਚੋਂ ਕੁਝ ਪੱਥਰ ਤਾਂ ਚੰਦ ਤੱਕ ਪਹੁੰਚ ਗਏ ਤੇ ਕੁਝ ਸਾਡੇ ਬ੍ਰਹਿਮੰਡ ਦੇ ਵਿੱਚ ਖਿੰਡ ਗਏ, ਤੇ ਇਹਨਾਂ ਦੇ ਵਿੱਚੋਂ ਜਿਹੜੇ ਪੱਥਰ ਬ੍ਰਹਿਮੰਡ ਤੱਕ ਨਹੀਂ ਪਹੁੰਚ ਪਾਏ ਉਹਨਾਂ ਨੂੰ ਧਰਤੀ ਨੇ ਆਪਣੇ ਵੱਲ ਫਿਰ ਤੋਂ ਖਿੱਚ ਲਿਆ ਤੇ ਇਹੀ ਪੱਥਰ ਡਾਇਨਾਸੌਰਾਂ ਦੇ ਉੱਪਰ ਮੀਂਹ ਵਾਂਗੂ ਵਰਸਦੇ ਨੇ। ਧਰਤੀ, ਅਸਮਾਨ ਤੇ ਸਮੁੰਦਰ ਹਰ ਜਗ੍ਹਾ ਦੇ ਉੱਪਰ ਕਹਿਰ ਵਰਸ ਰਿਹਾ ਸੀ। ਹੁਣ ਤੱਕ ਆਏ ਹੋਏ ਸਭ ਤੋਂ ਖਤਰਨਾਕ ਭੂਚਾਲਾਂ ਦੇ ਵਿੱਚੋਂ 60 ਗੁਣਾ ਜ਼ਿਆਦਾ ਭਿਆਨਕ ਭੂਚਾਲ ਇਸ ਧਰਤੀ ਨੂੰ ਹੁਣ ਉਧੇੜ ਰਹੇ ਸਨ। ਵਿਸਫੋਟ ਦੇ ਨਾਲ ਧਰਤੀ ਤੋਂ ਉੱਠੀਆਂ ਤਰੰਗਾਂ ਚਾਰੇ ਪਾਸੇ ਇਸ ਧਰਤੀ ਦੇ ਉੱਪਰ ਫੈਲ ਰਹੀਆਂ ਸੀ ਤੇ ਇਸ ਕਾਰਨ ਹਵਾ ਤੋਂ ਵੀ ਤੇਜ਼ ਚੱਲ ਰਹੀਆਂ ਹਵਾਵਾਂ ਨੇ ਡਾਇਨਾਸੌਰ ਦੀ ਚਮੜੀ ਨੂੰ ਉਧੇੜ ਕੇ ਰੱਖ ਦਿੱਤਾ। ਉੱਡਣ ਵਾਲੇ ਡਾਇਨਾਸੌਰ ਜ਼ਮੀਨੀ ਹਮਲਿਆਂ ਤੋਂ ਤਾਂ ਕਿਸੇ ਕਾਰਨ ਬਚ ਗਏ, ਪਰ ਹਵਾ ਦੇ ਵਿੱਚੋਂ ਬਰਸ ਰਹੇ ਅੱਗ ਦੇ ਗੋਲਿਆਂ ਨੇ ਉਹਨਾਂ ਨੂੰ ਵੀ ਮਾਰ ਦਿੱਤਾ। ਕੜਕ ਦੇ ਬੱਦਲਾਂ ਦੀ ਹੀਟ ਨੇ ਜੰਗਲਾਂ ਨੂੰ ਰਾਖ ਕਰ ਦਿੱਤਾ। ਇਹ ਅੱਗ ਤੋਂ ਬਚਣ ਲਈ ਕੁਝ ਛੋਟੇ ਜੀਵ ਤਾਂ ਖੁੱਡਾਂ ਦੇ ਵਿੱਚ ਲੁੱਕ ਗਏ, ਪਰ ਡਾਇਨਾਸੌਰ ਇਸ ਅੱਗ ਤੋਂ ਆਪਣੇ ਆਪ ਨੂੰ ਨਹੀਂ ਬਚਾ ਸਕੇ। ਹੁਣ ਡਾਇਨਾਸੌਰ ਚਾਰੇ ਪਾਸਿਆਂ ਨੂੰ ਭੱਜ ਰਹੇ ਸੀ, ਪਰ ਮੌਤ ਉਹਨਾਂ ਦਾ ਪਿੱਛਾ ਕਰ ਰਹੀ ਸੀ। ਇਸ ਵਿਸਫੋਟ ਤੋਂ ਬਾਅਦ ਜ਼ਿਆਦਾਤਰ ਊਰਜਾ ਤਰੰਗਾਂ ਦੇ ਰੂਪ ਦੇ ਵਿੱਚ ਧਰਤੀ ਦੇ ਧਰਾਤਲ ਦੇ ਵਿੱਚ ਫੈਲ ਜਾਂਦੀ ਹੈ ਤੇ ਇਸ ਦੇ ਵਿੱਚੋਂ 1% ਊਰਜਾ ਧਰਤੀ ਦੇ ਆਰ ਪਾਰ ਹੋ ਗਈ। ਐਸਟਰੋਇਡ ਦੇ ਭਿਆਨਕ ਵਿਸਫੋਟ ਨੇ ਸਮੁੰਦਰਾਂ ਦੇ ਅੰਦਰ ਸੁਨਾਮੀ ਨੂੰ ਜਨਮ ਦਿੱਤਾ। ਜਿਹੜੇ ਡਾਇਨਾਸੌਰ ਕਿਸੇ ਕਾਰਨ ਬਚ ਗਏ ਸਨ ਹੁਣ ਉਹ ਸਮੁੰਦਰੀ ਲਹਿਰਾਂ ਦੇ ਅੰਦਰ ਆ ਕੇ ਮਰ ਰਹੇ ਸਨ। ਉੱਥੇ ਹੀ ਇਸ ਵਿਸਫੋਟ ਦੇ ਕਾਰਨ ਧਰਤੀ ਤੇ ਮੌਜੂਦ ਸਾਰੇ ਜਵਾਲਾਮੁਖੀ ਫਟ ਜਾਂਦੇ ਨੇ ਤੇ ਅੱਗ ਬਰਸਾਉਣ ਲੱਗ ਜਾਂਦੇ ਨੇ। ਵਿਸਫੋਟ ਤੋਂ ਬਾਅਦ ਨਿਕਲੇ ਧੂੰਏ ਦੇ ਬੱਦਲ ਕਈ ਮਹੀਨਿਆਂ ਤੱਕ ਧਰਤੀ ਦੇ ਉੱਪਰ ਸੂਰਜ ਦੀ ਇੱਕ ਕਿਰਨ ਨੂੰ ਵੀ ਨਹੀਂ ਆਉਣ ਦਿੰਦੇ। ਸੂਰਜ ਦੀ ਰੋਸ਼ਨੀ ਨਾ ਮਿਲਣ ਕਾਰਨ ਬਾਕੀ ਬਚੇ ਪੇੜ ਪੌਦੇ ਵੀ ਨਸ਼ਟ ਹੋ ਜਾਂਦੇ ਨੇ। ਜਿਹੜੇ ਡਾਇਨਾਸੌਰ ਹਜੇ ਵੀ ਕਿਸੇ ਕਾਰਨ ਬਚ ਗਏ ਸੀ ਉਹਨਾਂ ਨੂੰ ਵੀ ਧਰਤੀ ਦੇ ਉੱਪਰ ਹੁਣ ਖਾਣ ਲਈ ਕੁਝ ਵੀ ਨਹੀਂ ਮਿਲਦਾ ਤੇ ਇਸ ਕਾਰਨ ਉਹ ਭੁੱਖ ਦੇ ਨਾਲ ਮਰ ਜਾਂਦੇ ਨੇ। ਇਸ ਤਰ੍ਹਾਂ ਇੰਨੀ ਵੱਡੀ ਧਰਤੀ ਦੇ ਉੱਪਰ ਇਹਨਾਂ ਡਾਇਨਾਸੌਰਾਂ ਨੂੰ ਇੱਕ ਵੀ ਲੁਕਣ ਦੇ ਲਈ ਜਗ੍ਹਾ ਨਹੀਂ ਮਿਲਦੀ। ਧਰਤੀ, ਅਸਮਾਨ ਅਤੇ ਸਮੁੰਦਰ ਹਰ ਜਗ੍ਹਾ ਨੇ ਉਹਨਾਂ ਨੂੰ ਨਿਗਲ ਲਿਆ। ਵਿਗਿਆਨਕਾਂ ਦੇ ਅਨੁਸਾਰ ਇਸ ਤਰ੍ਹਾਂ ਦੇ ਨਾਲ ਸਾਰੇ ਡਾਇਨਾਸੌਰ ਦੀ ਮੌਤ ਹੋ ਜਾਂਦੀ ਹੈ, ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਰਿਸਰਚਰ ਇਹ ਚੀਜ਼ ਨੂੰ ਮੰਨਦੇ ਹਨ ਕਿ ਡਾਇਨਾਸੌਰ ਦੇ ਸਾਨੂੰ ਜਿਹੜੇ ਕੰਕਾਲ ਮਿਲਦੇ ਨੇ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਸਾਰੇ ਡਾਇਨਾਸੌਰ ਇਕੱਠੇ ਨਹੀਂ ਮਰੇ ਸੀ। ਐਸਟਰੋਇਡ ਨੇ ਜਿੱਥੇ ਡਾਇਨਾਸੌਰ ਨੂੰ ਇਕੱਠੇ ਖਤਮ ਕਰ ਦਿੱਤਾ ਸੀ ਉੱਥੇ ਹੀ ਡਾਇਨਾਸੌਰ ਦੇ ਮਰਨ ਦਾ ਇੱਕ ਹੋਰ ਵੀ ਕਾਰਨ ਸੀ, ਜਿਸ ਨੇ ਉਹਨਾਂ ਨੂੰ ਹੌਲੀ ਹੌਲੀ ਮਾਰਿਆ ਸੀ। ਇਹ ਉਹ ਜੀਵ ਪ੍ਰਜਾਤੀ ਸੀ ਜਿਸ ਤੋਂ ਡਾਇਨਾਸੌਰ ਵੀ ਡਰਦੇ ਸਨ। ਉਹ ਜੀਵ ਸੀ ਮੱਛਰ। ਇਹ ਉਹ ਪ੍ਰਜਾਤੀ ਸੀ ਜਿਸ ਨੇ ਹੌਲੀ ਹੌਲੀ ਡਾਇਨਾਸੌਰ ਨੂੰ ਮਾਰਿਆ ਸੀ ਜਿਸ ਤੋਂ ਡਾਇਨਾਸੌਰ ਵੀ ਡਰਦੇ ਸਨ। ਉਹ ਜੀਵ ਸੀ ਮੱਛਰ ਤੇ ਕੀੜੇ। ਵਿਗਿਆਨਕਾਂ ਦੇ ਅਨੁਸਾਰ ਕੁਝ ਡਾਇਨਾਸੌਰ ਦੀ ਪ੍ਰਜਾਤੀ ਨੂੰ ਮੱਛਰਾਂ ਤੇ ਕੀੜਿਆਂ ਨੇ ਖਤਮ ਕੀਤਾ ਸੀ। ਅੱਜ ਤੋਂ ਕਰੋੜਾਂ ਸਾਲ ਪਹਿਲਾਂ ਟ੍ਰੈਸਿਕ ਯੁੱਗ ਦੇ ਵਿੱਚ ਇੱਕ ਮੱਛਰ ਡਾਇਨਾਸੌਰ ਨੂੰ ਕੱਟ ਕੇ ਉੜਦਾ ਹੈ ਤਾਂ ਉਹ ਦਰਖਤ ਦੇ ਵਿੱਚੋਂ ਨਿਕਲਣ ਵਾਲੇ ਗੂੰਦ ਦੇ ਘੋਲ ਦੇ ਵਿੱਚ ਫਸ ਜਾਂਦਾ ਹੈ ਤੇ ਕਰੋੜਾਂ ਸਾਲਾਂ ਬਾਅਦ ਇਹ ਅੰਬਰ ਫੋਸਲ ਦੇ ਰੂਪ ਦੇ ਵਿੱਚ ਜਦੋਂ ਅੱਜ ਦੇ ਵਿਗਿਆਨਕਾਂ ਨੂੰ ਮਿਲਿਆ ਤਾਂ ਇਸ ਮੱਛਰ ਦੇ ਅੰਦਰ ਮੌਜੂਦ ਖੂਨ ਨੂੰ ਜਦੋਂ ਟੈਸਟ ਕੀਤਾ ਗਿਆ, ਜੋ ਵਾਇਰਸ ਇਸ ਮੱਛਰ ਦੇ ਖੂਨ ਦੇ ਅੰਦਰ ਮੌਜੂਦ ਸਨ ਉਹੀ ਵਾਇਰਸ ਤੇ ਬੈਕਟੀਰੀਆ ਡਾਇਨਾਸੌਰ ਦੇ ਕੰਕਾਲ ਦੇ ਅੰਦਰ ਵੀ ਵਿਗਿਆਨਕਾਂ ਨੂੰ ਮਿਲੇ ਸੀ। ਇਸ ਦਾ ਮਤਲਬ ਇਹ ਸੀ ਕਿ ਟ੍ਰੈਸਿਕ ਯੁੱਗ ਦੇ ਵਿੱਚ ਵੀ ਇੱਕ ਮਹਾਮਾਰੀ ਫੈਲੀ ਸੀ ਜਿਸ ਦੇ ਅੰਦਰ ਇਹਨਾਂ ਮੱਛਰਾਂ ਨੇ ਡਾਇਨਾਸੌਰ ਨੂੰ ਹੌਲੀ ਹੌਲੀ ਮਾਰਿਆ ਸੀ। ਜਿੱਥੇ ਐਸਟਰੋਇਡ ਦੇ ਕਾਰਨ ਇਹ ਡਾਇਨਾਸੌਰ ਇੱਕਦਮ ਮਰ ਗਏ, ਉੱਥੇ ਹੀ ਇਹਨਾਂ ਮੱਛਰਾਂ ਦੇ ਕਾਰਨ ਇਹ ਡਾਇਨਾਸੌਰ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਦੇ ਨਾਲ ਮਰ ਰਹੇ ਸੀ। ਉਸ ਸਮੇਂ ਧਰਤੀ ਦੇ ਉੱਪਰ ਹੋਈ ਤਬਾਹੀ ਤੋਂ ਬਾਅਦ ਲਗਭਗ ਇਹ ਸਾਰਾ ਜੀਵਨ ਇੱਕ ਵਾਰ ਧਰਤੀ ਦੇ ਉੱਪਰੋਂ ਖਤਮ ਹੋ ਚੁੱਕਿਆ ਸੀ, ਪਰ ਉਸ ਸਮੇਂ ਕੁਝ ਅਜਿਹੇ ਜੀਵ ਵੀ ਸਨ ਜਿਹੜੇ ਇਸ ਖਤਰਨਾਕ ਤਬਾਹੀ ਤੋਂ ਬਚ ਨਿਕਲੇ ਸਨ। ਉਹ ਸਨ ਜੀ ਮੈਮਲ, ਜਾਣੀ ਕਿ ਸਾਡੇ ਪੂਰਵਜ। ਇਹ ਮੈਮਲ ਚੂਹੇ ਤੋਂ ਛੋਟੇ ਜੀਵ ਸਨ ਜਿਨ੍ਹਾਂ ਨੇ ਤਬਾਹੀ ਦੇ ਸਮੇਂ ਖੁੱਡਾਂ ਦੇ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ ਸੀ ਤੇ ਅੱਗੇ ਜਾ ਕੇ ਇਹਨਾਂ ਮੈਮਲਸ ਤੋਂ ਹੀ ਧਰਤੀ ਦੇ ਹੋਰ ਕਈ ਜੀਵਾਂ ਦਾ ਜਨਮ ਹੋਇਆ ਤੇ ਇਨਸਾਨਾਂ ਦੀ ਉਤਪਤੀ ਵੀ ਹੋਈ ਤੇ ਅੱਜ ਤੋਂ ਲਗਭਗ 3 ਲੱਖ ਸਾਲ ਪਹਿਲਾਂ ਮਾਡਰਨ ਹਿਊਮਨਸ ਦੀ ਉਤਪਤੀ ਹੋਈ। ਪਰ ਇਹ ਇਨਸਾਨ ਆਇਆ ਕਿੱਥੋਂ ਅਤੇ ਅਸੀਂ ਪੈਦਾ ਕਿਵੇਂ ਹੋਏ? ਵਿਗਿਆਨਕਾਂ ਦੇ ਅਨੁਸਾਰ ਜੇਕਰ ਅਜਿਹੀ ਤਬਾਹੀ ਨਾ ਹੋਈ ਹੁੰਦੀ ਤਾਂ ਅੱਜ ਦਾ ਇਨਸਾਨ ਪੈਦਾ ਹੀ ਨਾ ਹੋਇਆ ਹੁੰਦਾ। ਇਹ ਸਾਂਝੇ ਡਾਇਨਾਸੌਰ ਦੀ ਤਬਾਹੀ ਦੇ ਨਾਲ ਜੁੜੇ ਹੋਏ ਕੁਝ ਰਾਜ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।